ਜਿੰਨੇ ਵੀ ਰੇੜੀ ਫੜੀ ਵਾਲੇ ਲੋਕ ਨੇ ਉਹਨਾਂ ਸਾਰਿਆਂ ਨੂੰ ਇੱਕ ਅਪੀਲ ਕੀਤੀ ਗਈ ਆ ਕਿ ਤੁਸੀਂ ਕਿਸੇ ਨੇ ਵੀ ਆਪੋ ਆਪਣੇ ਕਾਰੋਬਾਰ ਬੰਦ ਨਹੀਂ ਕਰਨੇ ਕਿਉਂਕਿ ਕਾਰੋਬਾਰ ਬੰਦ ਕਰਕੇ ਅੰਦਰਾਂ ਦੇ ਵਿੱਚ ਵੜ ਕੇ ਤੇ ਰੋਟੀ ਕਿੱਥੋਂ ਖਾਣੀ ਆ ਜਿਹੜੇ ਕਾਰੋਬਾਰੀ ਰੋਜ਼ ਮਿਹਨਤ ਕਸ਼ ਲੋਕ ਨੇ ਜਿਸ ਤਰ੍ਹਾਂ ਰੇੜੀ ਫੜੀ ਵਾਲਾ ਉਹ ਵੀ ਮਿਹਨਤ ਕਸ਼ ਹੈ ਅਤੇ ਰਿਕਸ਼ਾ ਆਟੋ ਰਿਕਸ਼ੇ ਵਾਲਾ ਜਾਂ ਜਿੰਨੇ ਵੀ ਕਾਰੋਬਾਰੀ ਬੰਦੇ ਨੇ ਉਹ ਸਾਰੇ ਦੇ ਸਾਰੇ ਜੇ ਉਹਨਾਂ ਦੇ ਕਾਰੋਬਾਰੀ ਰੁਕ ਗਏ ਤਾਂ ਉਹ ਆਪਣੇ ਬੱਚਿਆਂ ਲਈ ਰੋਟੀ ਦਾ ਪ੍ਰਬੰਧ ਕਿੱਥੋਂ ਕਰਨਗੇ ਸਰਕਾਰ ਵੱਲੋਂ ਇਹ ਜਿਹੜਾ ਲਾਕਡਾਊਨ ਕੀਤਾ ਗਿਆ ਇਹਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾਵੇ ਬੀਬੀ ਮਮਤਾ ਨੂੰ ਹਰਾਉਣ ਵਾਸਤੇ ਪਰ ਇੱਕ ਐਸੀ ਇਹਨਾਂ ਸਾਰਿਆਂ ਨੂੰ ਮੂੰਹ ਦੀ ਖਾਣੀ ਪਈ ਆ ਕਿ ਜਿਹਦੇ ਵਿੱਚ ਬੀਜੇਪੀ ਜਿਹੜੀ ਆ ਜਿਹੜਾ ਅਮਿਤ ਸ਼ਾਹ ਕਹਿੰਦਾ ਸੀ ਕਿ 200 ਤੋਂ ਵੱਧ ਸਾਡੀਆਂ ਸੀਟਾਂ ਆਉਣਗੀਆਂ MLA ਜਿੱਤਣਗੇ ਸਰਕਾਰ ਬਣਾਵਾਂਗੇ ਉਹਦੇ ਮੂੰਹ 'ਤੇ ਵੀ ਥੱਪੜ ਅਤੇ ਜਿਹਨਾਂ ਲੋਕਾਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਨੇ ਉਹਨਾਂ ਦੇ ਮੂੰਹ ਦੇ 'ਤੇ ਵੀ ਇੱਕ ਬੜਾ ਕਰਾਰਾ ਥੱਪੜ ਵੱਜਾ ਹੈ ਅਤੇ ਪੰਜਾਬ ਸਰਕਾਰਾਂ ਨੂੰ ਇਹ ਗੱਲ ਕਹਿਤੀ ਸੀ ਕਿ ਜਿਹੜਾ ਸਾਡਾ ਇਹ ਕਿਸਾਨ ਅੰਦੋਲਨ ਹੈ ਇਹ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਿਹਾ ਹੈ ਇਹ 'ਚ ਬਾਕੀ ਸਰਕਾਰਾਂ ਜਿਹੜੀਆਂ ਪੰਗੇ ਨਾ ਲੈਣ ਇਹ ਪੰਜਾਬ ਸਰਕਾਰ ਨੂੰ ਅਤੇ ਪੰਜਾਬ ਪੁਲਿਸ ਨੂੰ ਚੰਡੀਗੜ੍ਹ ਨੂੰ ਇੱਕ ਵਾਰਨਿੰਗ ਹੈ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਵੀ ਕਿਸਾਨ ਉਹ ਗੱਡੀ 'ਚ 5 ਬੈਠ ਕੇ ਆਉਣ 10 ਆਉਣ ਉਹ ਬੱਸਾਂ ਭਰ ਕੇ ਲਿਆਉਣ ਉਹ ਟ੍ਰੇਨਾਂ 'ਤੇ ਆਉਣ ਉਹਨਾਂ ਨੂੰ ਰੋਕਣ ਦੀ ਹਿੰਮਤ ਨਾ ਕਰਿਓ ਕਿ ਜਿਸ ਤਰ੍ਹਾਂ 10 ਤਰੀਕ ਨੂੰ ਅਤੇ 12 ਤਰੀਕ ਨੂੰ ਵੱਡੇ ਕਾਫਲੇ ਇੱਥੇ ਲਿਆਉਣ ਵਾਸਤੇ ਪ੍ਰੋਗਰਾਮ ਲਿਖੇ ਗਿਆ ਤੁਸੀਂ ਵੱਡੇ ਤੋਂ ਵੱਡੇ ਕਾਫਲੇ ਲੈ ਕੇ ਆਉਣਾ ਵੈਸੇ ਵੀ ਤੁਸੀਂ ਜਿਨ੍ਹਾਂ ਨੇ ਪਹਿਲਾਂ ਰੂਟੀਨ ਦੇ ਵਿੱਚ ਜਿਹੜੇ ਆ ਰਹੇ ਨੇ ਆਪਣੇ ਆਪਣੀਆਂ ਵਾਰੀਆਂ ਬਣੀਆਂ ਹੋਈਆਂ ਨੇ ਜੇ ਤੁਹਾਨੂੰ ਕਿਸੇ ਨੂੰ ਬੱਸ 'ਚ ਆਉਂਦੇ ਆ ਵੀ ਤੁਸੀਂ ਬੱਸ 'ਚ ਵੱਧ ਸਵਾਰੀਆਂ ਪਰਮਿਟ ਲੈ ਕੇ ਜਾ ਲਿਓ ਇੱਥੇ ਪਰਮਿਟ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ ਕਿ ਪਰਮਿਟ ਲੈ ਕੇ ਜਿਹੜਾ ਉਹ ਫਿਰ ਬੱਸ ਜਾਂ ਗੱਡੀ 'ਤੇ ਚਾਰਜ ਹੋਊਗਾ ਕੋਈ ਪਰਮਿਟ ਨਹੀਂ ਲੈਣਾ ਕਿਸੇ ਨੇ ਕਰੋਨਾ ਟੈਸਟ ਨਹੀਂ ਕਰਾਉਣਾ ਕਿਸੇ ਨੇ ਕਿਸੇ ਦੀ ਪਰਵਾਹ ਨਹੀਂ ਕਰਨੀ ਜਿਹੜਾ ਵੀ ਤੁਹਾਨੂੰ ਕਿਤੇ ਕੋਈ ਰੋਕਦਾ ਤੁਸੀਂ ਆਪੋ ਆਪਣੀਆਂ ਜਥੇਬੰਦੀਆਂ ਨੂੰ ਜਿਹੜੇ ਤੁਹਾਡੇ ਕੋਲ ਫੋਨ ਨੇ ਉਹਨਾਂ 'ਤੇ ਫੋਨ ਕਰੋ ਜੇ ਤੁਹਾਡੇ ਕਿਸੇ ਕੋਲ ਕੋਈ ਫੋਨ ਨਹੀਂ ਤਾਂ ਮੈਂ ਬੇਨਤੀ ਕਰਾਂਗਾ ਕਿ ਮੇਰਾ ਨੰਬਰ ਨੋਟ ਕਰ ਲਓ 75-890-00-547 ਅੱਜ 32 ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਜੋ ਕਿ ਦਿੱਲੀ ਦੇ 4 ਸਵੇਰੇ ਧਰਨੇ ਚੱਲ ਰਹੇ ਨੇ ਇਹਨਾਂ ਧਰਨਿਆਂ ਦੀ ਗਿਣਤੀ ਵਧਾਉਣ ਵਾਸਤੇ ਬਹੁਤ ਹੀ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਔਰ ਇਸ ਅੱਜ ਦੀ ਮੀਟਿੰਗ ਵਿੱਚ ਇੱਕ ਇਹ ਵੀ ਬਹੁਤ ਗੰਭੀਰਤਾ ਨਾਲ ਵਿਚਾਰਿਆ ਗਿਆ ਮੁੱਦਾ ਇੱਕ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਕਰੋਨਾ ਦਾ ਬਹੁਤ ਰੌਲਾ ਪਾਇਆ ਜਾ ਰਿਹਾ ਪੂਰੇ ਭਾਰਤ ਦੇ ਕਰੋਨਾ ਦੇ ਸੰਬੰਧ ਦੇ ਵਿੱਚ ਅਤੇ ਕੋਈ ਪ੍ਰੋਗਰਾਮ ਦੇਣ ਵਾਸਤੇ ਸੰਯੁਕਤ ਮੋਰਚੇ ਦੀ ਮੀਟਿੰਗ ਦੇ ਵਿੱਚ ਵਿਚਾਰ ਕੀਤੀ ਜਾਵੇਗੀ ਉੱਥੇ ਪ੍ਰਪੋਜ਼ਲ ਰੱਖੀ ਜਾਏਗੀ ਲੇਕਿਨ ਪੰਜਾਬ ਦੇ ਸੰਬੰਧ ਵਿੱਚ ਅੱਜ 32 ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਜੋ ਕਰੋਨਾ ਦੇ ਨਾਂ ਦੇ ਉੱਤੇ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਪੈਦਾ ਕਰ ਰਹੀ ਆ ਅਤੇ ਕਰੋਨਾ ਦੇ ਨਾਂ ਦੇ ਉੱਤੇ ਲਾਕਡਾਊਨ ਕਰ ਰਹੀ ਇਹ ਜਿਹੜਾ ਲਾਕਡਾਊਨ ਹੈ ਇਹ ਕੋਈ ਕਿਸੇ ਬਿਮਾਰੀ ਦਾ ਹੱਲ ਨਹੀਂ ਇਹਨਾਂ ਨੇ ਪਹਿਲਾਂ ਵੀ ਜਦੋਂ ਤੋਂ ਇਹ ਕਰੋਨਾ ਆਇਆ ਉਦੋਂ ਵੀ ਇਹਨਾਂ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਅੰਦਰਾਂ 'ਚ ਬੰਦ ਕਰ ਦਿੱਤਾ ਔਰ ਜਿਹੜੇ ਮਜ਼ਦੂਰ ਲੋਕ ਸੀ ਉਹ ਵਿਚਾਰੇ ਦਿਹਾੜੀਆਂ ਤੋਂ ਵਾਂਝੇ ਰਹਿ ਗਏ ਔਰ ਉਹ ਕਿਲੋ ਕਿਲੋ ਆਟੇ ਨੂੰ ਤਰਸਦੇ ਰਹੇ ਇਹ ਵੱਖਰੀ ਗੱਲ ਹੈ ਕਿ ਜਿਹੜੀਆਂ ਵਿਦੇਸ਼ਾਂ ਵਿੱਚ ਵੱਸਦੇ ਵੀਰਾਂ ਵੱਲੋਂ ਬਹੁਤ ਸਾਰੇ ਲੋਕਾਂ ਨੂੰ ਸਹਿਯੋਗ ਵੀ ਦਿੱਤਾ ਗਿਆ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਜਿੰਨੀ ਕੁ ਦੇ ਸਕਦੇ ਸੀ ਦਿੱਤੀ ਇਸ ਗੁਰਦੁਆਰਿਆਂ ਵੱਲੋਂ ਵੀ ਬਹੁਤ ਸਾਰੇ ਰਾਸ਼ਨ ਥਾਂ 'ਤੇ ਲੰਗਰ ਲਾਏ ਗਏ ਪਰ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਸੀ ਹੁਣ ਵੀ ਇਸ ਟਾਈਮ ਦੇ ਉੱਤੇ ਜਿਹੜੇ ਕਰੋਨਾ ਦੇ ਮਰੀਜ਼ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਉਹਨਾਂ ਵਾਸਤੇ ਕੋਈ ਦਵਾਈ ਦਾ ਪ੍ਰਬੰਧ ਨਹੀਂ
कोई ऑक्सीजन का प्रबंध नहीं, जिहदा सबूत यह है कि दिल्ली हाई कोर्ट वालों दिल्ली सरकार ते केंद्र खास करके केंद्र सरकार नूं बहुत वड्डे पद्धर ते लानतां पाईआं जा रहीआं ने, क्योंकि ये बहुत वड्डे तगमजे मारदे सी कि असी ये करता वो करता आ प्रबंध कर ले ने, पर किसी किस्म का कोई प्रबंध ना होने के कारण कोई लोग बहुत सारे लोगों दी मौतां जिहड़ीआं ऑक्सीजन के कारण हो गईआं, और पंजाब सरकार जिहड़ी आ वह भी इस टाइम ते लॉकडाउन करके सब लोगों अंदरां च बंद कर रही है, जिस करके अज साडी मीटिंग विच ये फैसला किया गया कि समूह दुकानदार वीरां नूं जिन्हें भी ट्रांसपोर्टर ने जां आटो रिक्शा रिक्शा जिन्हें भी रेहड़ी फड़ी वाले लोग ने उन्हां सारिआं नूं एक अपील की गई आ कि तुसीं किसी ने भी आपो अपने कारोबार बंद नहीं करने, क्योंकि कारोबार बंद करके अंदरां दे विच वड़ के ते रोटी कित्थों खानी आ, जिहड़े कारोबारी रोज़ मेहनत कश लोग ने जिस तरह रेहड़ी फड़ी वाला वह भी मेहनत कश है, रिक्शा आटो रिक्शे वाला जां जिन्हें भी कारोबारी बंदे ने वह सारे दे सारे जी उन्हां दे कारोबारी रोक गए तो वह अपने बच्चों लई रोटी का प्रबंध कित्थों करनगे। इस करके सरकार वालों ये जिहड़ा लॉकडाउन किया गया इहदा पूर्ण तौर पर बाइकाट किया जाए, तो सारे समुचे दुकानदार वीरां नूं बाजार वालों सारिआं नूं बेनती करदे आ कि तुसीं दुकानां जिहड़ियां उह खोलो, असीं तुहाडे नाल होवां, और असीं अपने वर्करां नूं भी जिहड़े वर्कर साडे पंजाब दे विच रह रहे ने उहनां नूं भी सारिआं नूं बेनती की गई है भई उहनां नूं हिदायतां ने कि तुसीं दुकानदारां दे नाल आ के कोई भी इहनां नूं पुलिस जां कोई भी फोर्स इहनां नूं तंग परेशान करदी आ जबरदस्ती उहनां दीआं दुकानां बंद करवाउंदीआं ते नहीं करवाउंदीआं, और सारे आपो अपने कारोबार चलाओ। ये जिहड़ा इस टाइम ते पंजाब सरकार वालों जां भारत सरकार वालों जिस तरह हरियाणा च लॉकडाउन किया जा रहा ये केवल तो केवल ये जिहड़ा अंदोलन चल रहा किसान अंदोलन जिहड़े कि केंद्र सरकार वालों खेती विरोधी मारू कानून लियांदे गए ने उहनां दे विरुद्ध ते MSP पूरे भारत लागू कराउण लई ते जिहड़े दूसरे कानून ने जिस तरह कि पराली दे संबंध विच अते बिजली सोध बिल जिहड़ा 2020 है उन्हों रद्द कराने लई ये जिहड़ा धरना चल रहा है इस धरने तार पीड़ो करने लई सरकार एक दहशत पैदा कर रही है। सो इहदे नाल नाल असीं इह वी एक अपने किसान वीरां नूं ही नहीं समुचे तौर पर पंजाब वासियां नूं एक बेनती की है कि जिस तरह हाड़ी की फसल जिहड़ी आ उह कट्टी गई आ तूड़ी दाणा संभालिया गया ते हुण आ जिहड़ा मई का महीना है ये साडे कोले बिल्कुल वेला क्योंकि 10 जून तो बाद झोने लगने शुरू हो जाने आ ते हुण तुसीं एक बार जिहड़ा ये दिल्ली के चार चुफेरे सिंघू बार्डर टिकरी बार्डर जिहड़े ने इन्हां वल तुसीं सारे दे सारे वहीरा कत के इत्थे पहुँचो ताकि ये गिनती जिहड़ी आ बहुत वधाई जाए अते सरकार दे उत्ते दबाव पाया जाए, क्योंकि जिन्ना चिर सरकार दे उत्ते दबाव ना पाया गया उन्ना चिर सरकार जिहड़ी मन्नण लई बेशक इस सरकार नूं इह वी इक खुशी दी गल है किसानां वास्ते कि जिस तरह भारत विच पंजां सूबियां चोणां होईआं और इन्हां चोणां दे विच BJP की बहुत बुरी हालत हुई है, और यह भी एक गल बड़ी सामने स्पष्ट आई है कि पछमी बंगाल दे विच कुछ खप्पियां धिरां जिहड़ियां ने उन्हां ने BJP की शरेआम सपोर्ट भी की है बीबी ममता नूं हराउण वास्ते, पर एक ऐसी इन्हां सारिआं नूं मूँह दिखाउणी पई आ कि जिहदे विच BJP जिहड़ी आ जिहड़ा अमित शाह कहिंदा सी कि 200 तों वध साडीआं सीटां आउणगीआं MLA जित्तणगे सरकार बणावांगे उहदे मूँह ते भी थप्पड़, ते जिन्हां लोकां ने BJP नूं वोटां पाईआं ने उहनां दे मूँह दे उत्ते भी इक बड़ा करारा थप्पड़ वज्जा। सो इस करके UP दे विच वी जो इन्हां दी BJP दी हालत हुई आ बहुत बुरी हालत हुई आ पंचायत इलैक्शनां दे विच, ते इस दे नाल साडे जिहड़े किसान अंदोलनकारी ने उहनां समुचे किसानां दे हौसले बुलंद होए ने। अज साडियां जिहड़ियां पंजाब दीआं 32 किसान जथेबंदियां दी मीटिंग हुई आ उस मीटिंग दे विच वी जिहड़ा सी इस BJP दी हार ते जिहड़ी आ उहदे रखे इस चीज़ ते जदों विचार चर्चा की गई ते
जिन्हां वोटरां ने बीजेपी नूं हराया उन्हां सारे लोगों का धन्यवाद किया गया ते जेतू लोगों को बधाइया दित्तियां गईयां ने। बहुत खुशी का माहौल सी अज दी मीटिंग च और सानू ये हुण सारयां नूं रल के बीजेपी ते दबाव पाउण लई वध तों वध इहनां ते इत्थे जिहड़ा आउणा चाहीदा। और जिस तरह एक यह भी विचारन वाली गल है कि हाई कोर्ट ते सुप्रीम कोर्ट ने जिस तरह इस सरकार नूं लानता पाईयां ने ते अज कित्थे है सरकार जिहड़े कहिंदे सी असीं सारे प्रबंध कीते ने। ਉਹ ਛੋਟਾ ਜਿਹਾ ਦੇਸ਼ ਹੈ ਜਿਸ ਪਾਕਿਸਤਾਨ ਨੂੰ ਇਹ ਕਹਿੰਦੇ ਨੇ ਕਿ ਵੀ ਅਸੀਂ ਇੰਝ ਕਰ ਦੇਣਾ ਇੰਝ ਕਰ ਦੇਣਾ, ਉਸ ਪਾਕਿਸਤਾਨ ਦੇ ਵਿੱਚੋਂ ਅੱਜ ਜਿਹੜੀ ਆ ਆਕਸੀਜਨ ਭਾਰਤ ਵਿੱਚ ਆ ਰਹੀ ਹੈ। ਔਰ ਪਾਕਿਸਤਾਨ ਵਿੱਚ ਕਰੋਨਾ ਕਹਿਰ ਕਿਉਂ ਨਹੀਂ, ਇਹ ਇੱਕ ਗੱਲ ਨੋਟ ਕਰਨ ਵਾਲੀ ਹੈ। ਉਹਨਾਂ ਲੋਕਾਂ ਨੇ ਜਦੋਂ ਪਤਾ ਜਦੋਂ ਇਹ ਪਤਾ ਲੱਗਿਆ ਕੋਈ ਭਰੋਸੇਯੋਗ ਸੀਰਿਆਂ ਤੋਂ ਪਤਾ ਲੱਗਾ कि पाकिस्तान दे विच किसे किस्म दा करोना टेस्ट नहीं कराया जाता और करोना टेस्ट कराउण तों बाद जदों असीं इत्थे करोना टेस्ट कराउणे आ ते जिहनूं किसे नूं कोई माड़ी मोटी खंघ हुंदी आ जां कोई होर चीज़ हो गई जुकाम हो गया ते उहनूं इह करोना डिकलेयर कर दिंदे आ। और करोना जिहनूं डिकलेयर करता ते उत्ते इक बहुत वड्डा इक मन दे उत्ते मानसिक तौर ते उत्ते दबाव पै जांदा कि मैनूं तां करोना हो, ਉਹਦੇ ਰਿਸ਼ਤੇਦਾਰ ਜਿਹੜੇ ਨੇ ਉਹ ਵੀ ਘਬਰਾਹਟ 'ਚ ਆ ਜਾਂਦੇ ਨੇ ਅਤੇ ਉਹ ਇਸੇ ਗੱਲ ਦੇ ਵਿੱਚ ਹੀ ਜਿਹੜਾ ਉਹ ਪਾਰ ਚਲਾੜਾ ਕਰ ਜਾਂਦਾ। ਇਸ ਕਰਕੇ ਪਾਕਿਸਤਾਨ ਦੇ ਵਿੱਚ ਕੋਈ ਵੀ ਉੱਥੇ ਕਰੋਨਾ ਟੈਸਟ ਨਹੀਂ ਕੀਤਾ ਜਾ ਰਿਹਾ ਅਤੇ ਉੱਥੇ ਜਿਹੜੀ ਆ ਮੌਤ ਦਰ ਬਹੁਤ ਘੱਟ ਹੈ ਅਤੇ ਜਿਹੜੀਆਂ ਸਾਡੇ ਇੱਥੇ ਮੌਤਾਂ ਜਿਸ ਤਰ੍ਹਾਂ ਦਿੱਲੀ ਆ ਜਾਂ ਹੋਰ ਥਾਵਾਂ 'ਤੇ ਹੋ ਰਹੀਆਂ ਨੇ। ਅੱਜ ਵੇਖੋ ਕਿੱਡੀ ਹੈਰਾਨਗੀ ਦੀ ਗੱਲ ਹੈ ਵੀ ਨਾ ਤਾਂ ਮੁਰਦਿਆਂ ਵਾਸਤੇ ਜਿਹੜੇ ਵਿਚਾਰੇ ਜਿਨ੍ਹਾਂ ਦੀ ਮੌਤ ਹੁੰਦੀ ਹੈ ਉਹਨਾਂ ਦੇ ਵਾਸਤੇ ਮੁਸਲਮਾਨ ਭਰਾਵਾਂ ਲਈ ਕਬਰਾਂ ਦਾ ਇੰਤਜ਼ਾਮ ਨਹੀਂ ਅਤੇ ਜਿਹੜੇ ਬਾਕੀ ਧਰਮਾਂ ਨਾਲ ਸੰਬੰਧਿਤ ਜਿਹੜੇ ਸੰਸਕਾਰ ਕਰਦੇ ਨੇ ਉਹਨਾਂ ਲਈ ਸੇਵਿਆਂ 'ਚ ਥਾਂ ਨਹੀਂ। ਲਾਣਤ ਹੈ ਇਹੋ ਜਿਹੀਆਂ ਸਰਕਾਰਾਂ ਦੇ ਜਿਹੜੇ ਕਿ ਇਸ ਤਰ੍ਹਾਂ ਮੌਤਾਂ ਹੋਣ ਤੋਂ ਬਾਅਦ ਉਹ ਮ੍ਰਿਤਕ ਸਰੀਰਾਂ ਦਾ ਸੰਸਕਾਰ ਵੀ ਨਹੀਂ ਕਰਾ ਸਕਦੇ। ਸੋ ਇਹਨਾਂ ਲੋਕਾਂ ਨੇ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਹੋਇਆ ਇਹਨਾਂ ਨੂੰ ਇੱਕ ਚੀਜ਼ ਦਾ ਬੜਾ ਹੰਕਾਰ ਸੀ ਕਿ ਸਾਡੇ ਸਾਹਮਣੇ ਕੋਈ ਬੋਲ ਨਹੀਂ ਸਕਦਾ। ਜਿਵੇਂ ਕਿ ਇਹਨਾਂ ਨੇ ਨੋਟਬੰਦੀ ਕੀਤੀ, GST ਲਾਗੂ ਕੀਤਾ, ਕੋਈ ਨਹੀਂ ਬੋਲਿਆ ਨੋਟਬੰਦੀ 'ਤੇ, ਕੋਈ ਨਹੀਂ ਬੋਲਿਆ। 370 ਧਾਰਾ ਇਹਨਾਂ ਨੇ ਤੋੜਤੀ ਅਤੇ ਜੇਕਰ ਮੁਸਲਮਾਨ ਭਾਈਚਾਰੇ ਨੇ ਉਹ ਧਰਨੇ ਲਾਏ ਅਤੇ ਅਸੀਂ ਨਾ ਬਾਗ ਵਰਗਿਆਂ ਦੇ ਵਿੱਚ ਉੱਥੇ ਜਿਹੜੇ ਧਰਨੇ ਚੱਲ ਰਹੇ ਸੀ ਉੱਥੋਂ ਧਰਨੇ ਵੀ ਜ਼ਬਰਦਸਤੀ ਠਾਹ ਤੇ ਮੌਤ ਦੇ ਘਾਟ ਲੋਕਾਂ ਨੂੰ ਉਤਾਰਤਾ। ਔਰ ਜਿਹੜੇ ਲੇਬਰ ਲਾਅ ਨੇ ਉਹ ਵੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਉਹ ਰੱਦ ਕਰਤੇ ਨੇ, ਪਰ ਕੋਈ ਨਹੀਂ ਬੋਲਿਆ। ਇੱਕੋ ਇੱਕ ਕਿਸਾਨ ਜਿਹੜੇ ਕਿ ਪੰਜਾਬ ਤੋਂ ਚੱਲੇ ਅਤੇ ਉਹਨਾਂ ਨੇ ਹਰਿਆਣਾ ਅਤੇ UP ਰਾਜਸਥਾਨ ਪੂਰੇ ਭਾਰਤ ਨੂੰ ਆਪਣੇ ਕਲਾਵੇ 'ਚ ਲੈ ਲਿਆ ਔਰ ਜਿਹੜਾ ਇਹ ਅੰਦੋਲਨ ਹੈ ਅੱਜ ਜਨ ਅੰਦੋਲਨ ਬਣ ਚੁੱਕਾ। ਉਹਨਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਵੱਲੋਂ ਉਠਾਈ ਹੋਈ ਮੰਗ ਨੂੰ, ਉਠਾਏ ਹੋਏ ਮੁੱਦਿਆਂ ਨੂੰ ਇਹ ਮੰਨ ਲਿਆ ਕਿ ਵਾਕਿਆ ਇਹ ਜਿਹੜੇ ਮੋਦੀ ਸਰਕਾਰ ਨੇ ਕਾਨੂੰਨ ਬਣਾਏ ਨੇ ਇਹ ਇਕੱਲੇ ਕਿਸਾਨਾਂ ਦੇ ਵਿਰੋਧੀ ਨਹੀਂ, ਜਿੱਥੇ ਕਿਸਾਨਾਂ ਨੂੰ ਇਹਦਾ ਨੁਕਸਾਨ ਪੁੱਛਣਾ ਉਸ ਤੋਂ ਵੱਧ ਜਿਹੜੇ ਖਪਤਕਾਰ ਲੋਕ ਜਿਨ੍ਹਾਂ ਨੇ ਜਿਹੜੇ ਮਜ਼ਦੂਰ ਤਬਕਾ ਜਾਂ ਟਰਾਂਸਪੋਰਟਰ ਨੇ, ਮੁਲਾਜ਼ਮ ਨੇ, ਦੁਕਾਨਦਾਰ ਨੇ, ਜਿੰਨੇ ਵੀ ਲੋਕ ਨੇ ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਉਹਨਾਂ ਸਾਰਿਆਂ 'ਤੇ ਉੱਤੇ ਬਹੁਤ ਵੱਡਾ ਕਹਿਰ ਚੱਲਣ ਵਾਲਾ, ਜਿਸ ਕਰਕੇ ਸਮੁੱਚੇ ਦੇਸ਼ ਦੇ ਲੋਕ ਜਿਹੜੇ ਆ ਇਸ ਇਨਸਾਨ ਅੰਦੋਲਨ ਦੇ ਨਾਲ ਆ ਜੁੜੇ, ਜਿਹਦੀ ਮਿਸਾਲ ਅੱਜ ਪੂਰਾ ਦੇਸ਼ ਇਹ ਕਹਿੰਦੇ ਸੀ ਮੁੱਠੀ ਭਰ ਲਓ, ਕਦੀ ਸਾਨੂੰ ਪਾਕਿਸਤਾਨੀ ਦੱਸਦੇ ਸੀ, ਕਦੀ ਸਾਨੂੰ ਚਾਈਨਾ ਦੇ ਨਾਲ ਸੰਬੰਧ ਦੱਸਦੇ, ਕਦੀ ਕੁਛ ਅਤੇ ਕਦੀ ਕੁਛ, ਅਤੇ ਕਹਿੰਦੇ ਸੀ ਮੁੱਠੀ ਭਰ ਲੋਕ ਨੇ। ਅੱਜ ਇਹਨਾਂ ਦੇ ਮੂੰਹ ਦੇ ਉੱਤੇ ਪੂਰੇ ਦੇਸ਼ ਦੇ ਲੋਕਾਂ ਨੇ, ਚਾਹੇ ਉਹ ਕੇਰਲਾ ਹੈ ਚਾਹੇ ਤਾਮਿਲ ਹੈ ਅਤੇ ਚਾਹੇ ਪੱਛਮ ਬੰਗਾਲ ਹੈ, ਉਹਨਾਂ ਨੇ ਇੱਕ ਇਹਨਾਂ ਦੇ ਮੂੰਹ ਦੇ ਉੱਤੇ ਉਹ ਕਰਾਰਾ ਥੱਪੜ ਮਾਰਿਆ ਕਿ ਜਿਹਦੇ ਨਾਲ ਇਹ ਐਸੇ ਬੌਂਦਲੇ ਨੇ ਕਿ ਇਹਨਾਂ ਨੂੰ UP ਦੇ ਵਿੱਚ ਵੀ ਮਾਰ ਖਾਣੀ ਪੈ ਰਹੀ ਹੈ। ਸੋ ਸਮੁੱਚੇ ਦੇਸ਼ ਦੇ ਲੋਕ, ਸਮੁੱਚੇ ਸੰਸਾਰ ਦੇ ਲੋਕ ਅੱਜ ਸਾਡੇ ਇਸ ਅੰਦੋਲਨ ਦੀ ਹਮਾਇਤ ਵਿੱਚ, ਜਿਸ ਕਰਕੇ ਮੈਂ ਪੰਜਾਬ ਦੇ ਵਾਸੀਆਂ ਨੂੰ ਸਮੁੱਚੇ ਤੌਰ 'ਤੇ ਅੱਜ ਚੰਡੀਗੜ੍ਹ ਤੋਂ ਵੀ ਫੋਨ ਆ ਰਹੇ ਸਨ, ਕੱਲ੍ਹ ਵੀ ਆ ਰਹੇ ਸੀ ਕਿ ਸਾਨੂੰ ਇਹ ਲੋਕਡਾਊਨ ਦੇ ਬਹਾਨੇ ਇਹ ਸਾਡੇ ਜਿਹੜੇ ਅੰਦੋਲਨ ਅਸੀਂ
रोस प्रदर्शन चौंकों के कर रहे हैं, जिमें कि मटका चौंक है चंडीगढ़ ज मोहाली के चौंक ने उत्थे जदों शाम के टाइम के उत्ते आके रोस प्रदर्शन करते हैं तो उन्होंने धमकाया जाता। इतों तक कि जड़िया बसा आ रही ने उन्होंने भी कई थावान पर धमकाया जाता, गड्डिया धमकाया गया, जिस करके अज असी अज की मीटिंग ये सरकार कह दिता है कि यहोजी गलती कल भी ये असी मीटिंग करके ते पंजाब सरकार नूं सरकारां नूं ये गल कहती सी कि जिहड़ा साडा ये किसान अंदोलन है ये केंद्र सरकार के खिलाफ चल रहा है, इस बाकी सरकारां जिहड़ियां पंगे ना लैण, इस करके ये पंजाब सरकार नूं ते पंजाब पुलिस नूं चंडीगढ़ नूं एक वार्निंग है, उन्हां नूं ये गल कही जांदी है कि जिहड़े भी किसान वो गड्डी च पंज बैठ के आउण दस आउण वो बसा भर के लिया ट्रेना ते आउण उन्हां नूं रोकण की हिम्मत ना करियो, जे किसी ने रोकण की हिम्मत की ते उहदा फिर जिहड़ा तुहानूं भुगतान भुगतना पवेगा। मैं अपने किसान वीरां नूं ये बेनती करनी चाहुंदा कि जिस तरह 10 तरीक नूं ते 12 तरीक नूं वड्डे काफले इत्थे लियाउण वास्ते प्रोग्राम लिखे गए तुसीं वड्डे तो वड्डे काफले लैके आउणा है, वैसे भी तुसीं जिन्हां ने पहला रूटीन दे विच जिहड़े आ रहे ने अपने अपनियां वारियां बनियां होईयां ने, जे तुहानूं किसी नूं बस च आउंदियां ते तुसीं बस च वध सवारियां परमिट लैके जा लिओ, इत्थे परमिट दीआं गल्लां वी चल रहीआं ने कि परमिट लैके जिहड़ा उह फिर बस जां गड्डी दी चार्ज होगा, कोई परमिट नहीं लैणा, किसी ने करोना टैस्ट नहीं कराउणा, किसी ने किसी की परवाह नहीं करनी, जिहड़ा भी तुहानूं किते कोई रोकदा तुसीं आपो अपनियां जथेबंदियां नूं जिहड़ा जिहड़े तुहाडे कोल फोन ने उन्हां ते फोन करो, जे तुहाडे किसी कोल कोई फोन नहीं तां मैं बेनती करांगा कि मेरा नंबर नोट कर लो 75-890-00-547।